ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਰਬਾਲ ਕੌਰ, ਨੂਰ ਕਿਚਨ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਜਿਹੜੀ ਤੁਹਾਡੇ ਲਈ ਅੱਜ ਰੈਸਪੀ ਲੈ ਕੇ ਆਏ, ਬਹੁਤ ਹੀ ਟੇਸਟੀ ਜਿਹੜੀ ਰੈਸਪੀ ਹੈ ਅਤੇ ਸਾਰਿਆਂ ਨੂੰ ਪਸੰਦ ਆਉਣ ਵਾਲੀ ਰੈਸਪੀ ਹੈ। ਅਸੀਂ ਅੱਜ ਬਣਾਵਾਂਗੇ ਬਿਲਕੁਲ ਬਾਜ਼ਾਰ ਵਰਗਾ ਜਿਹੜੀਆਂ ਦਹੀਂ ਪਕੌੜੀਆਂ, ਬਹੁਤ ਹੀ ਜਿਹੜਾ ਟੇਸਟੀ ਜਿਹੜਾ ਬਣ ਕੇ ਦਹੀਂ ਪਕੌੜੀਆਂ ਤਿਆਰ ਹੋਣਗੀਆਂ ਅਤੇ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਇਸ ਨੂੰ ਪਹਿਲੀ ਵਾਰੀ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਜੇ। ਇਹ ਰੈਸਪੀ ਜਿੰਨੀ ਦੇਖੋ ਦੇਖਣ 'ਚ ਸੋਹਣੀ ਲੱਗ ਰਹੀ, ਉਹ ਖਾਣ ਵਿੱਚ ਉਸ ਤੋਂ ਵੀ ਵਧੀਆ ਟੇਸਟ ਆਏਗਾ। ਦਾ ਤਾਂ ਚਲੋ ਸ਼ੁਰੂ ਕਰਦੇ ਹਾਂ। ਦਹੀਂ ਪਕੌੜੀਆਂ ਬਣਾਉਣੀਆਂ, ਇਹਦੇ ਲਈ ਅਸੀਂ ਜਿਹੜਾ 1 ਕੱਪ ਜਿਹੜਾ ਬੇਸਣ ਲਿਆ ਸੀ, ਇਸ ਨੂੰ ਅਸੀਂ ਚੰਗੀ ਤਰ੍ਹਾਂ ਛਾਣ ਲਿਆ ਵਾ। ਹੁਣ ਅਸੀਂ ਇਹਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਜਿਹੜਾ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ। ਇਹਦੇ ਨਾਲ ਥੋੜ੍ਹੀ ਜਿਹੜੀ ਪਕੌੜੀਆਂ ਸਪਾਈਸੀ ਬਣ ਕੇ ਤਿਆਰ ਹੋਣਗੀਆਂ। ਅਤੇ ਹਾਫ ਚਮਚ ਜਿਹੜਾ ਅਸੀਂ ਧਨੀਆ ਪਾਊਡਰ ਲਿਆ ਇਸ ਵਿੱਚ, ਹਾਫ ਚਮਚ ਜਿਹੜਾ ਅਸੀਂ ਸਾਬਤ ਜੀਰਾ ਲਿਆ ਇਹਦੇ ਵਿੱਚ, ਅਤੇ ਹਾਫ ਚਮਚ ਹੀ ਅਸੀਂ ਜਿਹੜਾ ਅਸੀਂ ਨਮਕ ਲਿਆ ਵਾ। ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਜੇ। ਅਤੇ 1 ਚਮਚ ਦਾ ਚੌਥਾ ਹਿੱਸਾ ਜਿਹੜਾ ਅਸੀਂ ਹਲਦੀ ਪਾਊਡਰ ਲਿਆ ਵਾ ਕਲਰ ਵਾਸਤੇ, ਅਤੇ ਥੋੜ੍ਹਾ ਜਿਹਾ ਅਸੀਂ ਇਹਦੇ 'ਚ ਗਰਮ ਮਸਾਲਾ ਬਿਲਕੁਲ ਚਮਚ ਦਾ ਚੌਥਾ ਹਿੱਸਾ ਲਿਆ ਵਾ। ਅਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਮਸਾਲਿਆਂ ਨੂੰ ਸਾਰੇ ਬੇਸਣ ਦੇ ਵਿੱਚ। ਅਤੇ ਹੁਣ ਅਸੀਂ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਪਾਣੀ ਐਡ ਕਰਕੇ ਇੱਕ ਗਾੜਾ ਜਿਹਾ ਅਸੀਂ ਜਿਹੜਾ ਬੈਟਰ ਤਿਆਰ ਕਰਾਂਗੇ ਇਹਦਾ। ਅਤੇ ਪਾਣੀ ਅਸੀਂ ਜਿੰਨੀ ਸਾਨੂੰ ਜ਼ਰੂਰਤ ਹੋਏਗੀ ਅਸੀਂ ਉਨਾ ਹੀ ਪਾਉਣਾ ਵਾ। ਜੇਕਰ ਅਸੀਂ ਇੱਕਦਮ ਪਾਣੀ ਪਾ ਦੇਵਾਂਗੇ ਤਾਂ ਇਹਦੇ ਵਿੱਚ ਲੰਗਸ ਬਣ ਜਾਣਗੇ, ਇਸ ਲਈ ਅਸੀਂ ਥੋੜ੍ਹਾ ਥੋੜ੍ਹਾ ਪਾਣੀ ਐਡ ਕਰਕੇ ਇਸ ਨੂੰ ਜਿਹੜਾ ਵਾ ਚੰਗੀ ਤਰ੍ਹਾਂ ਮਿਕਸ ਕਰਾਂਗੇ। ਜਿੰਨਾ ਸਾਨੂੰ ਜ਼ਰੂਰਤ ਹੋਏਗੀ ਅਸੀਂ ਉਸਦੇ ਅਕੋਰਡਿੰਗ ਹੀ ਥੋੜ੍ਹਾ ਥੋੜ੍ਹਾ ਪਾਣੀ ਐਡ ਕਰੀ ਜਾਵਾਂਗੇ। ਅਤੇ ਇੱਕ ਗਾੜਾ ਜਿਹਾ ਘੋਲ ਅਸੀਂ ਜਿਹੜਾ ਬਣਾ ਕੇ ਤਿਆਰ ਕਰ ਲੈਣਾ ਵਾ। ਹੁਣ ਅਸੀਂ ਇਸਨੂੰ 2 ਤੋਂ 3 ਮਿੰਟ ਜਿਹੜਾ ਅਸੀਂ ਚੰਗੀ ਤਰ੍ਹਾਂ ਫੈਂਟ ਲੈਣਾ ਵਾ, ਤਾਂ ਕਿ ਜਿਹੜਾ ਵਾ ਸਾਡਾ ਜਿਹੜੀਆਂ ਪਕੌੜੀਆਂ ਵਾ ਬਿਲਕੁਲ ਸਪੰਜੀ ਅਤੇ ਫਲੱਫੀ ਬਣ ਕੇ ਤਿਆਰ ਹੋਣ, ਬਿਲਕੁਲ ਸੌਫਟ। ਜਿੰਨਾ ਇਸ ਨੂੰ ਚੰਗੀ ਤਰ੍ਹਾਂ ਅਸੀਂ ਫੈਂਟਾਂਗੇ ਜ਼ਿਆਦਾ, ਉਨੀਆਂ ਛੜੀਆਂ ਪਕੌੜੀਆਂ ਜਿਹੜੀਆਂ ਵਧੀਆ ਬਣ ਕੇ ਤਿਆਰ ਹੋਣਗੀਆਂ। ਅਤੇ ਹੁਣ ਅਸੀਂ ਇਹਦੇ 'ਚ 1 ਪਿੰਚ ਜਿਹੜਾ ਅਸੀਂ ਬੇਕਿੰਗ ਸੋਡਾ ਜਿਹੜਾ ਖਾਣ ਵਾਲਾ ਸੋਡਾ ਐਡ ਕਰਾਂਗੇ। ਇਹਦੇ ਨਾਲ ਜਿਹੜੀਆਂ ਸਾਡੀਆਂ ਪਕੌੜੀਆਂ ਬਿਲਕੁਲ ਸਪੰਜੀ ਜੀਆਂ ਬਣ ਕੇ ਤਿਆਰ ਹੋਣਗੀਆਂ। ਅਤੇ ਹੁਣ ਅਸੀਂ ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਵਿੱਚ ਬੈਟਰ ਦੇ। ਸਾਡਾ ਬੈਟਰ ਬਣ ਕੇ ਬਿਲਕੁਲ ਤਿਆਰ ਹੈ ਅਤੇ ਸਾਡਾ ਓਇਲ ਵੀ ਗਰਮ ਹੋ ਚੁੱਕਾ ਵਾ, ਪੈਨ ਵਿੱਚ ਅਸੀਂ ਪਹਿਲਾਂ ਹੀ ਔਲਰੇਡੀ ਰੱਖ ਚੁੱਕੇ ਸੀ। ਹੁਣ ਅਸੀਂ ਇਹਦੇ ਵਿੱਚ ਥੋੜ੍ਹਾ ਇੱਕ ਇੱਕ ਕਰਕੇ ਪਕੌੜੀ ਜਿਹੜੀ ਪਾਈ ਜਾਵਾਂਗੇ। ਦੇਖੋ ਸਾਡੀਆਂ ਬੈਟਰ ਜਿਹੜਾ ਕਿੰਨਾ ਫਲੱਫੀ ਬਣ ਕੇ ਤਿਆਰ ਹੋਇਆ ਵਾ। ਸਾਡੀਆਂ ਪਕੌੜੀਆਂ ਉਸੇ ਟਾਈਮ ਜਿਹੜੀਆਂ ਉੱਪਰ ਜਿਹੜੀਆਂ ਓਇਲ ਦੇ ਤਰ ਰਹੀਆਂ ਵਾ, ਬਿਲਕੁਲ ਪਰਫੈਕਟ ਜਿਹੜਾ ਬੈਟਰ ਸਾਡਾ ਬਣ ਕੇ ਤਿਆਰ ਹੋਇਆ ਵਾ ਪਕੌੜੀਆਂ ਦਾ। ਹੁਣ ਜਿੰਨੀਆਂ ਪੈਨ ਵਿੱਚ ਪਕੌੜੀਆਂ ਪੈਣਗੀਆਂ ਅਸੀਂ ਉਨੀਆਂ ਹੀ ਪਾਵਾਂਗੇ। ਦੇਖੋ ਜਿਸ ਤਰ੍ਹਾਂ ਅਸੀਂ ਪਾਈ ਜਾ ਰਹੇ ਹਾਂ ਉਸੇ ਟਾਈਮ ਜਿਹੜੀਆਂ ਪਕੌੜੀਆਂ ਉੱਪਰ ਓਇਲ ਦੇ ਜਿਹੜੀਆਂ ਆ ਰਹੀਆਂ ਵਾ। ਅਤੇ ਹੁਣ ਅਸੀਂ ਇਹਨਾਂ ਨੂੰ ਪਕੌੜੀਆਂ ਨੂੰ ਹਿਲਾਵਾਂਗੇ ਤਾਂ ਕਿ ਸਾਰੀ ਸਾਈਡਾਂ ਤੋਂ ਇੱਕੋ ਜਿਹੀਆਂ ਜਿਹੜੀਆਂ ਫਰਾਈ ਹੋ ਚੁੱਕਣ। ਸਾਡੀਆਂ ਪਕੌੜੀਆਂ ਬਣ ਕੇ ਬਿਲਕੁਲ ਤਿਆਰ ਆ ਅਤੇ ਹੁਣ ਅਸੀਂ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੇ। ਅਤੇ ਇਸੇ ਤਰ੍ਹਾਂ ਹੀ ਅਸੀਂ ਸੈਕਿੰਡ ਬੈਚ ਵੀ ਜਿਹੜਾ ਪਕੌੜੀਆਂ ਦਾ ਜਿਹੜੀ ਆ ਉਹ ਫਰਾਈ ਕਰ ਲਵਾਂਗੇ। ਅਤੇ ਸਾਡੀਆਂ ਪਕੌੜੀਆਂ ਬਣ ਕੇ ਬਿਲਕੁਲ ਤਿਆਰ ਆ, ਬਹੁਤ ਹੀ ਟੇਸਟੀ ਜਿਹੜੀਆਂ ਪਕੌੜੀਆਂ ਬਣ ਕੇ ਤਿਆਰ ਹੋਈਆਂ ਅਤੇ ਬਹੁਤ ਹੀ ਜ਼ਿਆਦਾ ਸੌਫਟ ਜਿਹੜੀਆਂ ਪਕੌੜੀਆਂ ਬਣੀਆਂ ਵਾ। ਹੁਣ ਅਸੀਂ ਇੱਕ ਬੋਲ ਲਵਾਂਗੇ, ਬੋਲ ਵਿੱਚ ਜਿਹੜੀਆਂ ਪਕੌੜੀਆਂ ਪਾ ਲਵਾਂਗੇ ਅਤੇ ਅਸੀਂ 500 ਗ੍ਰਾਮ ਯਾਨੀ ਕਿ ਅੱਧਾ ਕਿਲੋ ਕਿਲੋ ਜਿਹੜਾ ਅਸੀਂ ਘਰ ਦਾ ਜਮਾਇਆ ਹੋਇਆ ਦਹੀਂ ਲਿਆ, ਫਰੈਸ਼ ਬਿਲਕੁਲ ਦਹੀਂ ਆ। ਅਤੇ ਦਹੀਂ ਨੂੰ ਜਿਹੜਾ ਫਰਿੱਜ ਵਿੱਚੋਂ ਇੱਕਦਮ ਕੱਢ ਕੇ ਨਹੀਂ ਪਾਲਣਾ, ਇਸ ਨੂੰ ਅਸੀਂ ਚੰਗੀ ਤਰ੍ਹਾਂ ਫੈਂਟ ਲਿਆ ਵਾ। ਜਿੰਨਾ ਤੁਸੀਂ ਪਤਲਾ ਕਰਨਾ ਸੀ ਕਰਨਾ ਹੋਵੇ ਉਨਾ ਤੁਸੀਂ ਇਹਦੇ 'ਚ ਦੁੱਧ ਜਾਂ ਪਾਣੀ ਐਡ ਕਰ ਸਕਦੇ ਜੇ। ਇਹਦੀ ਕੰਸਿਸਟੈਂਸੀ ਦੇਖੋ ਦੇਖੋ ਮੈਂ ਇਸ ਤਰ੍ਹਾਂ ਦੀ ਲਈ ਆ। ਅਤੇ ਹੁਣ ਅਸੀਂ ਜਿਹੜਾ ਪਕੌੜੀਆਂ ਬੋਲ 'ਚ ਪਾਈਆਂ ਸੀ ਜਿਹੜਾ ਦਹੀਂ ਆ, ਹੁਣ ਅਸੀਂ ਇਹਦੇ ਵਿੱਚ ਪਕੌੜੀਆਂ ਦੇ ਉੱਤੇ ਪਾ ਦੇਵਾਂਗੇ। ਸਾਰਾ ਦਹੀਂ ਅਸੀਂ ਜਿਹੜਾ ਪਕੌੜੀਆਂ ਦੇ ਉੱਪਰ ਪਾ ਦਿੱਤਾ।
ਹੁਣ ਅਸੀਂ ਪਕੌੜੀਆਂ ਨੂੰ ਜਿਹੜਾ ਚੰਗੀ ਤਰ੍ਹਾਂ ਡਿਪ ਕਰ ਦੇਵਾਂਗੇ ਦਹੀਂ ਦੇ ਵਿੱਚ, ਤਾਂ ਕਿ ਜਿਹੜੀਆਂ ਪਕੌੜੀਆਂ ਸਾਡੀਆਂ ਚੰਗੀ ਤਰ੍ਹਾਂ ਜਿਹੜੀਆਂ ਦਹੀਂ ਵਿੱਚ ਜਿਹੜੀਆਂ ਡਿਪ ਹੋ ਜਾਣ। ਬਿਲਕੁਲ ਮਾਰਕੀਟ ਵਰਗਾ ਜਿਹੜਾ ਦਹੀਂ ਬਣ ਕੇ ਤਿਆਰ ਹੋਏਗਾ, ਦਹੀਂ ਪਕੌੜੀਆਂ। ਹੁਣ ਅਸੀਂ ਇਹਦੇ ਵਿੱਚ ਕੁਝ ਮਸਾਲੇ ਜਿਹੜੇ ਐਡ ਕਰਾਂਗੇ। ਹੁਣ 1 ਤੋਂ 2 ਮਿੰਟ ਜਿਹੜਾ ਹੋ ਗਏ ਸਾਡੇ ਪਕੌੜੀਆਂ ਦਹੀਂ ਵਿੱਚ ਡਿਪ ਹੋਈਆਂ ਨੂੰ, ਹੁਣ ਅਸੀਂ ਇਹਦੇ ਵਿੱਚ ਕੁਝ ਮਸਾਲੇ ਐਡ ਕਰ ਦੇਵਾਂਗੇ। ਸਭ ਤੋਂ ਪਹਿਲਾਂ ਅਸੀਂ 1/2 ਚਮਚ ਜਿਹੜਾ ਅਸੀਂ ਜੀਰਾ ਇਹਦੇ ਵਿੱਚ ਐਡ ਕਰਾਂਗੇ। ਜੀਰਾ ਜਿਹੜਾ ਮੈਂ ਰੋਸਟ ਕਰਕੇ ਲਿਆ ਵਾ, ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਵਿੱਚ ਦਹੀਂ ਦੇ। 1/2 ਚਮਚ ਹੀ ਅਸੀਂ ਜਿਹੜਾ ਧਨੀਆ ਪਾਊਡਰ ਇਹ 'ਚ ਐਡ ਕਰਾਂਗੇ। ਅਤੇ ਥੋੜ੍ਹੀ ਜਿਹੀ ਅਸੀਂ ਬਿਲਕੁਲ ਚਮਚ ਦਾ ਚੌਥਾ ਹਿੱਸਾ ਕਾਲੀ ਇੰਚ ਮਿਰਚ ਪਾਊਡਰ ਐਡ ਕਰਾਂਗੇ ਇਹਦੇ ਵਿੱਚ। ਅਤੇ ਥੋੜ੍ਹਾ ਜਿਹਾ ਅਸੀਂ ਇਹਦੇ ਵਿੱਚ ਚਾਟ ਮਸਾਲਾ, ਯਾਨੀ ਕਿ 1/2 ਚਮਚ ਜਿਹੜਾ ਅਸੀਂ ਚਾਟ ਮਸਾਲਾ ਐਡ ਕਰਾਂਗੇ, ਇਹਦੇ ਨਾਲ ਸਾਡਾ ਦਹੀਂ ਜਿਹੜਾ ਚਟਪਟਾ ਬਣ ਕੇ ਤਿਆਰ ਹੋਏਗਾ। ਅਤੇ ਥੋੜ੍ਹੀ ਜਿਹੀ ਅਸੀਂ ਇਹਦੇ ਵਿੱਚ ਹੁਣ 1/2 ਚਮਚ ਜਿਹੜਾ ਅਸੀਂ ਚੀਨੀ ਐਡ ਕਰ ਰਹੇ ਹਾਂ, ਇਹਦੇ ਨਾਲ ਜਿਹੜਾ ਬੈਲੈਂਸ ਹੋ ਜਾਂਦਾ ਦਹੀਂ ਖੱਟੇ ਮਿੱਠੇ ਦਾ। ਜਿਹੜਾ ਮਾਰਕੀਟ 'ਚ ਅਸੀਂ ਦਹੀਂ ਲੈਂਦੇ ਹਾਂ, ਇਸ ਤਰ੍ਹਾਂ ਬਣਿਆ ਪਕੌੜੀਆਂ ਵਾਲੇ, ਉਹਦੇ ਵਿੱਚ ਵੀ ਉਹਨਾਂ ਨੇ ਚੀਨੀ ਮਿਕਸ ਕੀਤੀ ਹੁੰਦੀ ਹੈ। 2 ਜਿਹੜੀਆਂ ਸਾਬਤ ਹਰੀਆਂ ਮਿਰਚਾਂ ਲਈਆਂ ਸੀ, ਉਹਨਾਂ ਨੂੰ ਬਰੀਕ ਕੱਟ ਕੇ ਇਹਦੇ ਵਿੱਚ ਪਾ ਲਿਆ ਵਾ। ਅਤੇ 1 ਮੀਡੀਅਮ ਸਾਈਜ਼ ਦਾ ਬਰੀਕ ਚੌਪ ਪਿਆਜ਼ ਲਿਆ ਵਾ, ਉਹ ਵੀ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ। ਪਿਆਜ਼ ਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਦਹੀਂ ਦੇ ਵਿੱਚ ਆਉਂਦਾ ਵਾ। ਅਤੇ ਹੁਣ ਅਸੀਂ ਇਹਦੇ ਵਿੱਚ 1/2 ਚਮਚ ਜਿਹੜਾ ਅਸੀਂ ਨਮਕ ਐਡ ਕਰਾਂਗੇ। ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਲੈ ਲੈਣਾ। ਅਤੇ ਥੋੜ੍ਹਾ ਜਿਹਾ ਬਰੀਕ ਕੱਟਿਆ ਹੋਇਆ ਧਨੀਆ ਪਾਵਾਂਗੇ ਇਹਦੇ ਵਿੱਚ। ਹੁਣ ਧਨੀਏ ਨਾਲ ਜਿਹੜਾ ਦਹੀਂ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਵਾ। ਅਤੇ ਹੁਣ ਅਸੀਂ 1 ਚਮਚ ਦੇ ਨਾਲ ਸਾਰੇ ਚੀਜ਼ਾਂ ਨੂੰ ਅਸੀਂ ਮਿਕਸ ਕਰਾਂਗੇ ਦਹੀਂ ਦੇ ਵਿੱਚ। ਸਾਡੇ ਦਹੀਂ ਪਕੌੜੀਆਂ ਬਣ ਕੇ ਬਿਲਕੁਲ ਤਿਆਰ ਨੇ। ਤੁਸੀਂ ਇਸ ਨੂੰ ਹੁਣ ਅਸੀਂ ਗਾਰਨਿਸ਼ ਕਰਨ ਲਈ ਥੋੜ੍ਹਾ ਜਿਹਾ ਧਨੀਆ ਉੱਪਰ ਹੋਰ ਪਾ ਦੇਵਾਂਗੇ। ਤੁਸੀਂ ਇਸ ਨੂੰ ਜਿਹੜਾ ਵਾ ਪਰੌਂਠੀ ਦੇ ਨਾਲ, ਰੋਟੀ ਦੇ ਨਾਲ, ਜਾਂ ਨਮਕੀਨ ਚਾਵਲ ਦੇ ਨਾਲ ਤੁਸੀਂ ਜਿਹੜਾ ਦਹੀਂ ਨੂੰ ਸਰਵ ਕਰ ਸਕਦੇ ਜੇ। ਅਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਪਸੰਦ ਆਈ ਤਾਂ ਵੱਧ ਤੋਂ ਲਾਈਕ ਸ਼ੇਅਰ ਜ਼ਰੂਰ ਕਰਨਾ। ਜੇਕਰ ਤੁਸੀਂ ਚੈਨਲ 'ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਨਾਲ ਲੱਗਦੀ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ, ਤਾਂ ਕਿ ਜਿਹੜੀ ਨਵੀਂ ਸਾਡੀ ਵੀਡੀਓ ਆਵੇ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤਾਂ ਫਿਰ ਮਿਲਾਂਗੇ ਇੱਕ ਨਵੀਂ ਜੀ ਡਿਲੀਸ਼ੀਅਸ ਰੈਸਪੀ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।